ਇਹ ਦਰਦ ਹੈ ਉਸ ਪਰਿਵਾਰ ਦਾ ਜਿਸ ਦੇ ਪਰਿਵਾਰਕ ਮੈਂਬਰ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ। ਰੋ ਰੋ ਕੇ ਇਹਨਾਂ ਦਾ ਬੁਰਾ ਹਾਲ ਹੈ। ਇਹ ਭਿਆਨਕ ਹਾਦਸਾ ਵਾਪਰਿਆ ਨੈਸ਼ਨਲ ਹਾਈਵੇ ਖੰਨਾ ਦੇ ਉੱਤੇ, ਜਿੱਥੇ ਸੜਕ 'ਤੇ ਟਰੱਕ ਅਤੇ ਇਨੋਵਾ ਦੀ ਭਿਆਨਕ ਟੱਕਰ ਹੋ ਗਈ। ਇਸ ਭਿਆਨਕ ਹਾਦਸੇ ਦੇ ਵਿੱਚ ਦੋ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ ਹੋ ਗਈ। ਮ੍ਰਿਤਕ ਕਾਰ ਚਾਲਕ ਆਪਣੇ ਪਿੱਛੇ ਪਤਨੀ, ਇੱਕ ਛੋਟਾ ਬੱਚਾ ਅਤੇ ਬਜ਼ੁਰਗ ਮਾਤਾ ਪਿਤਾ ਛੱਡ ਗਿਆ ਹੈ। ਜਾਣਕਾਰੀ ਮੁਤਾਬਕ ਇਹ ਨੌਜਵਾਨ ਜਲੰਧਰ ਦੇ ਨੇੜਲੇ ਗੁਰਾਇਆਂ ਦਾ ਰਹਿਣ ਵਾਲਾ ਸੀ। ਉਹ ਦਿੱਲੀ ਤੋਂ ਸਵਾਰੀ ਛੱਡ ਕੇ ਘਰ ਵਾਪਸ ਆ ਰਿਹਾ ਸੀ ਤਾਂ ਰਸਤੇ ਦੇ ਵਿੱਚ ਭਾਣਾ ਵਾਪਰ ਗਿਆ, ਹਾਦਸਾ ਹੋ ਗਿਆ। ਹਾਦਸੇ ਦੇ ਕੁਝ ਪਲਾਂ ਪਹਿਲਾਂ ਹੀ ਉਸਨੇ ਆਪਣੀ ਪਤਨੀ ਨੂੰ ਫੋਨ ਕਰਕੇ ਜਲਦ ਘਰ ਪਹੁੰਚਣ ਦੀ ਗੱਲ ਕਹੀ ਸੀ ਤਾਂ ਇਸ ਦੇ ਕੁਝ ਮਿੰਟਾਂ ਬਾਅਦ ਹੀ ਹਾਦਸਾ ਵਾਪਰ ਜਾਂਦਾ ਹੈ। ਇਸ ਭਿਆਨਕ ਹਾਦਸੇ ਦੇ ਵਿੱਚ ਇਸ ਦੀ ਜਾਨ ਚਲੀ ਜਾਂਦੀ ਹੈ। ਹਾਲਾਂਕਿ ਰਾਹਗੀਰਾਂ ਨੇ ਮਦਦ ਲਈ ਅੱਗੇ ਆਏ ਇਹਨਾਂ ਵੱਲੋਂ ਹਸਪਤਾਲ ਪਹੁੰਚਾਇਆ ਗਿਆ, ਪਰ ਕਾਰ ਚਾਲਕ ਦੀ ਜਾਨ ਨਹੀਂ ਬਚ ਸਕੀ, ਉਸਦੀ ਮੌਤ ਹੋ ਗਈ। ਤਾਂ ਇਹ ਪਰਿਵਾਰਕ ਮੈਂਬਰ ਨੇ ਜਿਨ੍ਹਾਂ ਦਾ ਰੋ ਰੋ ਕੇ ਬੁਰਾ ਹਾਲ ਹੈ, ਜਿਨ੍ਹਾਂ ਦਾ ਹਾਲ ਨਹੀਂ ਦੇਖ ਹੋ ਰਿਹਾ ਕਿਉਂਕਿ ਆਪਣੇ ਦੇ ਖੂਨ ਦਾ ਦਰਦ ਇਹਨਾਂ ਨੂੰ ਹੀ ਪਤਾ ਹੈ ਕਿਸ ਤਰੀਕੇ ਦੇ ਨਾਲ ਇਹ ਬੇਸੁੱਧ ਹੋ ਰਹੇ ਨੇ, ਆਪਣੇ ਦੇ ਚਲੇ ਜਾਣ ਦਾ ਇਹ ਗਮ ਹੈ। ਤਾਂ ਪੁਲਿਸ ਮੁਤਾਬਕ ਕਾਰ ਅਤੇ ਟਰੱਕ ਦੀ ਟੱਕਰ 'ਚ ਕਾਰ ਚਾਲਕ ਦੀ ਮੌਤ ਹੋ ਗਈ ਹੈ, ਤਾਂ ਜਾਂਚ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਤਾਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਮ੍ਰਿਤਕ ਨੌਜਵਾਨ ਨੇ ਕੁਝ ਸਮਾਂ ਬਾਅਦ ਵਿਦੇਸ਼ ਜਾਣਾ ਸੀ, ਪਰ ਪਹਿਲਾਂ ਹੀ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ, ਉਸਦੀ ਜਾਨ ਚਲੀ ਗਈ। ਰੱਬ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ। ਪਰਿਵਾਰ 'ਤੇ ਤਾਂ ਪੂਰੀ ਤਰ੍ਹਾਂ ਦੁੱਖਾਂ ਦਾ ਪਹਾੜ ਟੁੱਟ ਗਿਆ, ਕਿਉਂਕਿ ਬੇਟੇ ਨੇ ਵਿਦੇਸ਼ ਜਾਣਾ ਸੀ, ਉਸ ਤੋਂ ਪਹਿਲਾਂ ਸੜਕ ਹਾਦਸੇ ਦੇ ਵਿੱਚ ਉਸਦੀ ਮੌਤ ਹੋ ਜਾਂਦੀ ਹੈ, ਹਮੇਸ਼ਾ ਲਈ ਉਹ ਦੂਰ ਹੋ ਜਾਂਦਾ ਹੈ। ਸਵਾਰੀ ਨੂੰ ਛੱਡ ਕੇ ਆਉਂਦਾ ਹੈ ਤਾਂ ਭਿਆਨਕ ਹਾਦਸਾ ਵਾਪਰ ਜਾਂਦਾ ਹੈ। ਇਸ ਹਾਦਸੇ ਦੇ ਵਿੱਚ ਨੌਜਵਾਨ ਦੀ ਜਾਨ ਚਲੀ ਗਈ ਹੈ। ਮੇਰਾ ਨਾਮ ਜੀ ਸਤਨਾਮ ਸਿੰਘ। ਬਾਈ ਜਿਹੜਾ ਹਾਦਸਾ ਹੋਇਆ, ਕੀ ਹਾਦਸਾ ਹੋਇਆ, ਕਿੱਥੇ ਹੋਇਆ? ਇਹ ਇੱਥੇ ਹੋਇਆ ਜੀ, ਟਰੱਕ ਵਾਲਾ ਇਹਨੂੰ ਗੱਡੀ ਨੂੰ ਮਾਰ ਕੇ ਭੱਜ ਗਿਆ ਜੀ, ਅਤੇ ਮੈਂ ਉਹਦਾ ਰਿਸ਼ਤੇਦਾਰੀ 'ਚ ਜੀਜਾ ਲੱਗਦਾ, ਮੇਰਾ ਸਾਲਾ ਸੀ। ਕੀ ਨਾਮ ਸੀ? ਉਹਦਾ ਨਾਂ ਜੀ ਰਣਜੀਤ ਸਿੰਘ ਧੀਰਾ। ਕਿੱਥੋਂ ਦੀ ਕਿੱਥੇ ਜਾ ਰਹੇ ਸੀ? ਇਹ ਜੀ ਆਪਣਾ ਜਲੰਧਰ ਜਾ ਰਿਹਾ ਸੀ ਵਾਪਸ ਦਿੱਲੀ ਤੋਂ। ਪਰਿਵਾਰ ਨੂੰ ਕੌਣ ਕੌਣ? ਪਰਿਵਾਰ ਦੇ ਵਿੱਚ ਜੀ ਉਹਦਾ ਇੱਕ ਬੇਟਾ ਆ, ਵਾਈਫ ਆ, ਮੰਮੀ ਪਾਪਾ ਆ ਦੋਨੇ। ਨਹੀਂ ਬਾਹਰ ਨਹੀਂ ਜੀ, ਇੱਥੇ ਕੰਮ ਗੱਡੀ ਚਲਾਉਂਦਾ ਸੀ, ਟੈਕਸੀ ਚੱਲ ਕੇ ਆਪਣਾ ਢਿੱਡ ਪਾਲਦਾ ਸੀ। ਇਹ ਤੜਕੇ ਜੀ 5:30-6 ਵਜੇ ਦੇ ਕਰੀਬ ਹੋਇਆ ਤੜਕੇ, ਅਤੇ ਇਹ ਕਿਸੇ ਗੱਡੀ ਦੇ ਵਿੱਚ ਵੱਜੀ ਜੀ ਗੱਡੀ, ਅਤੇ ਇਹਦੇ ਵਿੱਚ ਜਿਹੜਾ ਰਣਧੀਰ ਸਿੰਘ ਸੀ ਗ੍ਰਾਂ ਤੋਂ, ਉਹਨੂੰ ਅਸੀਂ ਹੋਸਪਿਟਲ ਪਹੁੰਚਾਇਆ ਮੌਕੇ 'ਤੇ ਆ ਕੇ, ਅਤੇ ਉਹਦੀ ਉਦੋਂ ਬਾਅਦ 'ਚ ਫਿਰ ਜੀ ਡੈਥ ਹੋ ਗਈ। ਹੁਣ ਕੀ ਕਾਰਵਾਈ, ਕੋਈ ਪਤਾ ਚੱਲੇ ਜੀ ਕੀ ਅੱਗੇ ਜਾਂਚ ਚੱਲ? ਹੁਣ ਆ ਰਹੇ ਨੇ ਜੀ, ਤਫਤੀਸ਼ੀ ਅਫਸਰ ਆ ਰਹੇ ਨੇ, ਅੱਗੇ ਜਾਂਚ ਕਰ ਰਹੇ ਹਾਂ, ਜਾਂਚ ਆ ਰਹੀ ਆ।